ਹਰ ਹਰ ਦਇਆ ਕਰੋ, ਹਰ ਹਰ ਦਇਆ ਕਰੋ, ਹਰ ਹਰ ਦਇਆ ਕਰੋ, ਗੁਰ ਮੇਲੋ ਗੁਰ ਮੇਲੋ, ਹਰ ਹਰ ਦਇਆ ਕਰੋ, ਹਰ ਹਰ ਦਇਆ ਕਰੋ, ਹਰ ਹਰ ਦਇਆ ਕਰੋ, ਗੁਰ ਮੇਲੋ ਗੁਰ ਮੇਲੋ, ਜਨ ਨਾਨਕ ਗੁਰ ਮਿਲ ਰਹਿਸ ਜੀਓ, ਜਨ ਨਾਨਕ ਗੁਰ ਮਿਲ ਰਹਿਸ ਜੀਓ, ਹਰ ਹਰ ਦਇਆ ਕਰੋ, ਹਰ ਹਰ ਦਇਆ ਕਰੋ, ਹਰ ਹਰ ਦਇਆ ਕਰੋ, ਗੁਰ ਮੇਲੋ ਗੁਰ ਮੇਲੋ, ਮਧਸੂਦਨ ਮੇਰੇ ਮਨ ਤਨ ਪ੍ਰਾਨਾ, ਗੁਲੰਦਰ ਦੀ ਸੰਗਤ ਦੇ ਵੱਲੋਂ ਰਲ ਮਿਲ ਕੇ ਗਰੀਬ ਨਵਾਜ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੀ ਪਾਵਨ ਸ਼ਤਰੂ ਛਾਇਆ ਹੈ। ਪੰਜ ਪਿਆਰੇ ਸਾਹਿਬਾਨ ਦੀ ਯੋਗ ਅਗਵਾਈ ਦੇ ਅੰਦਰ ਇੱਕ ਮਹਾਨ ਅਨੰਦ ਪ੍ਰਕਾਰ ਦੀਆਂ ਭੁੱਲਾਂ ਦੀ ਸੁਣਾ ਵਰਤੀ ਅਗੋ ਰਾਸਤੇ ਸੁਣਾ ਕੇ ਕਰਮੀ ਕਲਾ ਵਾਲਾ ਜੀਵਨ ਤੰਦਰੁਸਤੀ ਜੋ ਲੋਕਾਂ ਦੀ ਜਾਤ ਬੱਤੀ ਨੌ ਸੰਗਤ ਦੀਆਂ ਹਾਜ਼ਰੀਆਂ ਕਲ ਬਲ ਭੁੱਲਤਾ ਸੇਵਾਵਾਂ ਹਰ ਪ੍ਰਵਾਨ ਕਰਨੀਆਂ ਚੱਲਿਆ ਕਦਮ ਕਦਮ ਦੇ ਕੇ ਚਲਾਉਣਾ ਸੁੱਖ ਭਾਵਨਾ ਪੂਰੀਆਂ ਕਰਨੀਆਂ ਗਰੀਬ ਨਵਾਜ ਕੁੱਝ ਜਾਣ ਵਾਸਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਲੋਕ ਨੂੰ ਗੁਰਦੁਆਰਾ ਬਾਬੂ ਸਾਹਿਬ ਜੀ ਦੇ ਸੁਧਾਰੇ ਮੰਗ ਕੀਤਾ ਜਾਵੇਗਾ। ਉਸ ਤੋਂ ਉਪਰੰਤ ਗਰੀਬ ਨਵਾਜ ਆਪ ਜੀ ਦੀ ਕਿਰਪਾ ਰਹਿੰਦੇ ਮਿਲਤਾ ਵਾਪਸੀ ਹੋਵੇ ਜੀ। ਕਿਰਪਾ ਕਰਕੇ ਮਿਹਨਤ ਕਰਨੀ ਸੀ ਮੇਹਰ ਕਰਾ ਦੱਸਣਾ ਪਿਆਰਾ ਨਾਮ ਕਰਾਮ ਕਰਦੀ ਕਰਾ ਮੇਰੇ ਭਾਰੇ ਨੇ ਪ੍ਰਭਾਵ ਵਾਹਿਗੁਰੂ ਜੀ ਕਾ ਖਾਲਸਾ ਮਨ ਤਨ ਖੋਜੀ ਪਾਲ ਭਲਾਈ, ਹ
ਓ ਮਨ ਤਨ ਖੋਜੀ ਭਾਲ ਭਲਾਈ ਕਿਉਂ ਪਿਆਰਾ ਪ੍ਰੀਤਮ ਮਿਲੇ ਮੇਰੀ ਮਾਈ ਕਿਉਂ ਪਿਆਰਾ ਪ੍ਰੀਤਮ ਮਿਲੇ ਮੇਰੀ ਮਾਈ ਮਿਲ ਸਤ ਸੰਗਤ ਖੋਜ ਦਸਾਈ ਮਿਲ ਸਤ ਸੰਗਤ ਖੋਜ ਦਸਾਈ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ ਹਰ ਹਰ ਦਇਆ ਕਰੋ ਹਰ ਹਰ ਦਇਆ ਕਰੋ ਹਰ ਹਰ ਦਇਆ ਕਰੋ ਗੁਰ ਮੇਲੋ ਗੁਰ ਮੇਲੋ ਹਰ ਹਰ ਦਇਆ ਕਰੋ ਹਰ ਹਰ ਦਇਆ ਕਰੋ ਹਰ ਹਰ ਦਇਆ ਕਰੋ ਗੁਰ ਮੇਲੋ ਗੁਰ ਮੇਲੋ ਜਨ ਨਾਨਕ ਗੁਰ ਮਿਲ ਰਹਿਸੈ ਜੀਓ ਜਨ ਨਾਨਕ ਗੁਰ ਮਿਲ ਰਹਿਸੈ ਜੀਓ ਹਰ ਹਰ ਦਇਆ ਕਰੋ ਹਰ ਹਰ ਦਇਆ ਕਰੋ ਹਰ ਹਰ ਦਇਆ ਕਰੋ ਮੇਰਾ ਪਿਆਰਾ ਪ੍ਰੀਤਮ ਸਤਿਗੁਰ ਰਖਵਾਲਾ ਮੇਰਾ ਪਿਆਰਾ ਪ੍ਰੀਤਮ ਸਤਿਗੁਰ ਰਖਵਾਲਾ ਹਮ ਬਾਰਕ ਦੀਨ ਕਰੋ ਪ੍ਰਤਪਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਪਿਆਰੀ ਸਾਧ ਸੰਗਤ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਰਹਿਮਤ ਕਿਰਪਾ ਸਦਕਾ ਜੋ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ 450 ਸਾਲਾ ਗੋਤਾ ਗੱਦੀ ਦੀ ਸ਼ਤਾਬਦੀ ਅਤੇ ਨਾਲ ਨਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਭੱਲੇ ਅਮਰਦਾਸ ਗੁਣ ਤੇਰੀ ਉਪਮਾ ਤੋਹੇ ਬਣ ਆਵੈ ਗਰੀਬ ਨਵਾਜ ਆਪ ਜੀ 450 ਸਾਲਾ ਜੋਤੀ ਜੋਤ ਦਿਵਸ ਨੂੰ ਸਮਰਪਿਤ ਆਪ ਨੇ ਕਿਰਪਾ ਕੀਤੀ ਸੀ ਆਪ ਦਰੋਂ ਕਦੋਂ ਵਰੋ ਸਾਹੇ ਸ੍ਰੀ ਮਾਨ ਸੰਤ ਬਾਬਾ ਬਸੰਤ ਸਿੰਘ ਜੀ ਨਿਰਮਲ ਕੁਟੀਆ ਪਿੰਡ ਜੋਹਲ ਵਾਲਿਆਂ ਦੇ
ਤਪ ਸਥਾਨ ਤੋਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅਗਵਾਈ ਵਿੱਚ ਪੰਜਾਂ ਪਿਆਰਿਆਂ ਦੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਛੱਤੇ ਸਾਹਿਬ ਪੰਜਾਂ ਪਿਆਰਿਆਂ ਦੀ ਅਗਵਾਈ ਦੇ ਵਿੱਚ ਜੋ ਇੱਕ ਬਹੁਤ ਹੀ ਮਹਾਨ ਅਲੌਕਿਕ ਨਗਰ ਕੀਰਤਨ ਪ੍ਰਾਰੰਭ ਹੋਏ ਸੀ, ਜਿਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਐਡਵੋਕੇਟ ਉਹਨੇ ਵੀ ਦਰਸ਼ਨ ਦਿੱਤਾ ਸਵੇਰੇ, ਉਹਨੇ ਵੀ ਅਰਦਾਸ ਸ਼ਾਮਿਲ ਹੋ ਕੇ ਸਦਨ 'ਚ ਉਹਨੇ ਅਰਦਾਸ ਬੇਨਤੀ ਕੀਤੀ। ਇਹ ਸਦਨਾਂ ਦੀ ਕਿਰਪਾ ਲੈ ਕੇ ਇਹ ਨਗਰ ਕੀਰਤਨ ਪ੍ਰਾਰੰਭ ਹੋਏ ਸੀ, ਜੋ ਇਸ ਵੇਲੇ ਰਸਤੇ 'ਚ ਪੜਾਅ ਦਾ ਪੜਾਅ ਹੁੰਦੇ ਹੋਏ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਬੌਲੀ ਸਾਹਿਬ ਵਿਖੇ ਸਦਨਾਂ ਦੀ ਮਿਹਰ ਕਿਰਪਾ ਸਦਕਾ ਸੰਪੂਰਨ ਹੋਏ ਆ। ਸਦਨਾਂ ਨੇ ਬਹੁਤ ਹੀ ਕਿਰਪਾ ਕੀਤੀ, ਅਸੀਂ ਭਰੜਾ ਅਤੇ ਰਹਿਮਤ ਕੀਤੀ, ਸਾਨੂੰ ਮਹਾਰਾਜ ਨੇ ਮਾਣ ਬਖਸ਼ਿਆ ਜੋ ਨਗਰ ਕੀਰਤਨ ਦੀ ਸੰਪੂਰਨਤਾ ਹੋਈ ਆ। ਸੰਤ ਬਾਬਾ ਬਸੰਤ ਸਿੰਘ ਜੀ ਹੋਣਾ ਨੇ ਨਗਰ ਕੀਰਤਨ ਦੀ ਆਰੰਭਤਾ 1928 ਵਿੱਚ ਗੁਰਸਿੱਖੀ ਦੇ ਪ੍ਰਚਾਰ ਵਾਸਤੇ ਆਰੰਭ ਕੀਤੀ ਸੀ, ਜੋ ਜਲੰਧਰ ਸ਼ਹਿਰ ਵਿੱਚ ਹੁਣ ਤੱਕ ਚੱਲ ਰਹੀ ਹੈ। ਗੁਰੂ ਕੀ ਸਾਧ ਸੰਗਤ, ਆਪਾਂ ਸਾਰੇ ਸਾਹਿਬਾਂ ਦੇ ਗੁਰਪੁਰਬ ਮਨਾਉਂਦੇ ਹਾਂ, ਜੋ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸਾਡੇ 'ਤੇ ਅਪਾਰ ਕਿਰਪਾ ਕੀਤੀ, ਸਾਨੂੰ ਅੰਮ੍ਰਿਤ ਦੀ ਦਾਤ ਦੇ ਕੇ ਨਵਾਜਿਆ, ਅੰਮ੍ਰਿਤ ਦੀ ਦਾਤ ਦੇ ਕੇ ਸਾਨੂੰ ਸਰਦਾਰੀਆਂ ਰਾਜ ਭਾਗ ਬਖਸ਼ ਕੀਤੇ। ਆਪਾਂ ਅੰਮ੍ਰਿਤ ਨਾਲ ਪਿਆਰ ਕਰੀਏ, ਅੰਮ੍ਰਿਤ ਛਕੀਏ, ਪੰਜ ਰਹਿਤਾਂ ਰੱਖੀਏ, ਕੇਸ ਕੰਘਾ ਕੜਾ ਕਿਰਪਾਨ ਕਿਸ਼ਰਾ ਧਾਰਨ ਕਰੀਏ, ਜਿਹੜੀਆਂ ਚਾਰ ਬਚਤ ਕਹਿਤਾਂ ਦੱਸੀਆਂ ਮਹਾਰਾਜ ਨੇ ਉਹਨਾਂ ਤੋਂ ਬਚੀਏ, ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਬਾਣੀਆਂ ਪੜ੍ਹੀਏ, ਸਿਮਰਨ ਕਰੀਏ, ਸ਼ਾਮ ਨੂੰ ਰਹਿ ਅਰਦਾਸ ਕੀਰਤਨ ਦਾ ਪਾਠ ਕਰਕੇ ਸਦਨਾਂ ਚੰਨਾਂ ਅਰਦਾਸ ਕਰੀਏ। ਗਰੀਬ ਨਵਾਜ ਚਾਰ ਪੈਰ ਦੇਣ ਆਪਦੇ ਹੁਕਮ ਵਿੱਚ ਸੁੱਖ ਦਾ ਬਤੀਤ ਹੋਇਆ, ਰਹਿਣ ਵੀ ਆਪਦੇ ਹੁਕਮ ਬਤੀਤ ਹੋਵੇ, ਮਿਹਰ ਕਰਨੀ ਕਿਰਪਾ ਕਰਨੀ, ਜਿਹਨੇ ਅੰਮ੍ਰਿਤ ਛਕਿਆ ਆਪਾਂ ਮਰਿਆਦ ਦੇ ਪਹਿਰਾ ਦੇਈਏ, ਜਿਹੜੇ ਢਿੱਲੇ ਅੱਜ ਅੰਮ੍ਰਿਤ ਨਹੀਂ ਛਕਿਆ ਹਾਲੇ ਤੱਕ, ਅੰਮ੍ਰਿਤ ਛਕਣ ਦਾ ਮਨ ਬਣਾਈਏ। ਸਾਹਿਬ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੇ ਕਿਰਪਾ ਕੀਤੀ, ਸਾਨੂੰ ਇਹ ਸੋਝੀ ਬਖਸ਼ ਕੀਤੀ ਆ। ਮਹਾਰਾਜ ਪਾਵਨ ਬਚਨਿਆਂ ਬਾਣੀ ਵਿੱਚ ਕੋਈ ਸਤਿਗੁਰੂ ਬਾਝੋਂ ਗੁਰ ਨਹੀਂ ਕੋਈ, ਨਗੁਰੇ ਕਾਹੇ ਨਾਉ ਬੁਰਾ, ਸਾਡੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਇਸ਼ਟ ਗੁਰੂ ਆ, ਗੁਰੂਆਂ ਦੇ ਗੁਰੂ ਆ, ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ। ਲੜ ਲੱਗੀਏ, ਗਰੀਬ ਨਵਾਜ ਦਾ ਸ਼ੁਕਰਾਨਾ ਕਰੀਏ, ਅਰਦਾਸ ਕਰੀਏ, ਬੇਨਤੀ ਕਰੀਏ, ਹੇ ਗਰੀਬ ਨਵਾਜ ਮਿਹਰ ਕਰਨੀ ਕਿਰਪਾ ਕਰਨੀ। ਇਹ ਜੋ 450 ਸਾਲਾ ਗੁਰਪੁਰਬ ਮਨਾਇਆ ਜਾ ਰਿਹਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਸਾਰੀਆਂ ਸੰਗਤਾਂ ਗੁਣ ਗਾ ਰਹੀਆਂ। ਅਸੀਂ ਕਨੇਡਾ ਵਿੱਚ ਸੀਗੇ, ਉੱਥੇ ਹੀ ਮਾਤਾ ਕਿਰਪਾ ਕੀਤੀ, ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ, ਧੰਨ ਧੰਨ ਸ਼੍ਰੀ ਰਾਮਦਾਸ ਪਾਤਸ਼ਾਹ ਦੇ ਇਹਨਾਂ ਪੁਰਬਾਂ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਵੀ ਹੋਏ, ਦੀਵਾਨ ਵੀ ਸਜੇ, ਸਾਨੂੰ ਬਹੁਤ ਕਿਰਪਾ ਕੀਤੀ। ਆਪਾਂ ਸਾਰੇ ਅਰਦਾਸ ਕਰੀਏ, ਬੇਨਤੀ ਕਰੀਏ, ਸਾਨੂੰ ਆਉਂਦੇ ਸਮੇਂ ਇਸੇ ਤਰ੍ਹਾਂ ਆਪਦੇ ਦਰ ਘਰ ਦੀ ਸੇਵਾ ਕਰਨ ਦਾ, ਬਾਣੀ ਪੜ੍ਹਨ ਦਾ, ਇਹ ਬਰਸੀਆਂ ਸਮਾਗਮ ਜਿਹੜੇ ਗੁਰਪੁਰਬ ਮਨਾਉਣ ਦੇ ਸੁਭਾਗ ਬਖਸ਼ਣਾ। ਇੰਨੇ ਸਮੇਂ ਵਿੱਚ ਦਰਸ਼ਨ ਕਰਦਿਆਂ ਸੇਵਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖੇਮਾ ਕਰਨੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੰਨੇ ਪ੍ਰਬੰਧਕ ਆ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ। ਕਰਮੂਵਾਲੇ ਸਾਹਿਬ ਜੀ ਹੋਣੀ, ਭਾਈ ਗੁਰਬਖਸ਼ ਸਿੰਘ ਜੀ ਹੋਣੀ, ਗਰੇਵਾਲ ਸਿੰਘ ਹੋਣੀ, ਹੋਰ ਜਿੰਨੇ ਹੈਡ ਗ੍ਰੰਥੀ ਸਾਹਿਬ ਜੀ ਨੇ ਸਾਡੇ ਨਾਲ ਦਰਸ਼ਨ ਦਿੱਤੇ ਆ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮਾਤਾ ਕਿਰਪਾ ਕਰਨ, ਸਾਨੂੰ ਸਮੱਤ ਬਖਸ਼ਣ, ਸਾਨੂੰ ਪਿਆਰ ਬਖਸ਼ਣ, ਹੋਇਆ ਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਬਲਾਈ, ਬਾਣੀ ਦੇ ਧਾਰਨੀ ਹੋਈਏ, ਬਾਣੀ ਦੇ ਧਾਰਨੀ ਹੋਈਏ, ਗਰੀਬ ਨਿਵਾਸ ਸੱਚੇ ਪਾਤਸ਼ਾਹ ਖੁਸ਼ੀਆਂ ਪ੍ਰਾਪਤ ਕਰੀਏ, ਭੁੱਲਾਂ ਚੁੱਕਾਂ ਦੀ ਖੇਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਹਰ ਹਰ ਦਇਆ ਕਰੋ, ਹਰ ਹਰ ਦਇਆ ਕਰੋ, ਤੁਰ ਮੇਲਾ ਤੁਰ ਮੇਲਾ ਗੁਰ ਮੇਲਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਗੁਰੂ ਅਮਰਦਾਸ ਮਹਾਰਾਜ ਜੀ ਦੇ 450 ਸਾਲਾ ਜੋਤੀ ਜੋਤ ਦਿਵਸ ਅਤੇ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ 450 ਸਾਲਾ ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਜਿਹੜੇ ਸਮਾਗਮ ਚੱਲ ਰਹੇ ਉਹਨਾਂ ਵਿੱਚ ਅੱਜ ਉਚੇਚੇ ਤੌਰ ਦੇ ਉੱਤੇ ਹੋਤੀ ਮਰਦਾਨ ਸੰਪਰਦਾ ਦੇ ਮਹਾਂਪੁਰਖ ਬਾਬਾ ਬਸੰਤ ਸਿੰਘ ਜੀ, ਬਾਬਾ ਗਿਆਨ ਸਿੰਘ ਜੀ, ਬਾਬਾ ਹਰਭਜਨ ਸਿੰਘ ਜੀ, ਬਰਾਖ ਜੀ, ਨਿਰਮਲ ਗੋੜੇ, ਜੋੜਾ ਵਾਲੇ ਮਹਾਂਪੁਰਖਾਂ ਦੇ ਪਾਵਨ ਪਵਿੱਤਰ ਅਸਥਾਨ ਤੋਂ ਮੌਜੂਦਾ ਮੁਖੀ ਸੰਤ ਬਾਬਾ ਅਜੀਤ ਸਿੰਘ ਜੀ, ਨਿਰਮਲ ਗੋੜੇ, ਜੋੜਾ ਵਾਲੇ ਮਹਾਂਪੁਰਖਾਂ ਵੱਲੋਂ ਇੱਕ ਵਿਸ਼ਾਲ ਨਗਰ ਕੀਰਤਨ ਜਿਹੜਾ ਹੈ ਉਹ ਅੱਜ ਇੱਥੇ ਇਹਨਾਂ ਨੂੰ ਸ਼ਤਾਬਦੀਆਂ ਨੂੰ ਸਮਰਪਿਤ ਰੱਖ ਕੇ ਇੱਥੇ ਸੰਗਤ ਲੈ ਕੇ ਪਹੁੰਚੇ ਨੇ। ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਸੀਂ ਉਹਨਾਂ ਨੂੰ ਜੀਆਂ ਵੀ ਕਹਿੰਦੇ, ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ। ਅੱਜ ਨਗਰ ਕੀਰਤਨ ਦੀ ਰਮਤਾ ਦੇ ਉੱਤੇ ਉਚੇਚੇ ਤੌਰ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਉਹਨਾਂ ਨੇ ਨਿਰਮਲ ਗੋੜੇ ਜੋੜਾ ਵਾਲੇ ਪਹੁੰਚ ਕੇ ਇਸ ਨਗਰ ਕੀਰਤਨ ਦੀ ਰਮਤਾ ਜਿਹੜੀ ਕਰਵਾਈ ਸੀ ਔਰ ਅੱਜ ਇੱਥੇ ਸਮਾਪਤੀ ਦੇ ਉੱਤੇ ਉਚੇਚੇ ਤੌਰ ਦੇ ਉੱਤੇ ਦਾਸ ਔਰ ਉਹਨਾਂ ਦੇ ਨਾਲ ਸਰਦਾਰ ਗੁਰਚਰਨ ਸਿੰਘ ਜੀ ਗਰੇਵਾਲ, ਸਾਬਕਾ ਜਨਰਲ ਸਕੱਤਰ ਸਰਦਾਰ ਗੁਰਚਰਨ ਸਿੰਘ ਜੀ ਕਰਮੂਵਾਲਾ, ਸਾਬਕਾ ਜਨਰਲ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਇੱਥੋਂ ਦੇ ਮੈਨੇਜਰ ਸਰਦਾਰ ਗੁਰਾ ਸਿੰਘ ਜੀ ਔਰ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਇਸ ਨਗਰ ਕੀਰਤਨ ਨੂੰ ਜੀਆਂ ਕਿਹਾ ਗਿਆ ਔਰ ਪੰਜ ਪਿਆਰੇ ਸਾਹਿਬਾਨ ਨੂੰ ਸਰੋਪਾ ਦਿੱਤੇ ਗਏ, ਮਹਾਂਪੁਰਖਾਂ ਦਾ ਸਤਿਕਾਰ ਕੀਤਾ ਗਿਆ। ਸੋ ਇਹ ਸ਼ਤਾਬਦੀ ਜਿਹੜੀ ਹੈ ਸਾਡੇ ਜੀਵਨ ਵਿੱਚ ਆਈ ਹੈ, ਸਾਡੇ ਲਈ ਬੜੀ ਇਹ ਖੁਸ਼ੀ ਵਾਲੀ ਗੱਲ ਹੈ ਔਰ ਅਸੀਂ ਆਪਣੇ ਆਪ ਨੂੰ ਬੜੇ ਭਾਗੇ ਸਮਝਦੇ ਹਾਂ। ਗੁਰੂ ਸਾਹਿਬ ਰਹਿਮਤ ਕਰਨ, ਬਖਸ਼ਿਸ਼ ਕਰਨ, ਜਿਸ ਭਾਵਨਾ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸਮੁੱਚੀਆਂ ਸੰਗਤਾਂ ਇਹ ਸ਼ਤਾਬਦੀ ਬਣਾ ਰਹੀਆਂ ਨੇ, ਅਸੀਂ ਉਹਨਾਂ ਗੁਰੂ ਸਾਹਿਬ ਦੇ ਦੱਸੇ ਹੋਏ ਮਾਰਗ ਦੇ ਉੱਤੇ ਚੱਲਣ ਦੇ ਸਮਰੱਥ ਹੋ ਸਕੀਏ ਔਰ ਸਿੱਖ ਪੰਥ ਜਿਹੜਾ ਹੈ ਉਹ ਮਜ਼ਬੂਤ ਹੋਵੇ, ਚੜ੍ਹਦੀ ਕਲਾ ਹੋਵੇ ਔਰ ਸਮੁੱਚਾ ਖਾਲਸਾ ਪੰਥ ਜਿਹੜਾ ਅੰਮ੍ਰਿਤਧਾਰੀ ਹੋਵੇ। ਇਹ ਸਾਡੀ ਅਰਦਾਸ ਬੇਨਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।